ਸਰ ਬਹੁਤ-ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਥੈਂਕ ਯੂ ਜੀ, ਗੁੱਡ ਆਫਟਰਨੂਨ। ਵੈਰੀ ਗੁੱਡ ਆਫਟਰਨੂਨ ਸਰ। ਸਰ ਕਿਵੇਂ ਵੇਖੀਏ ਇਸ ਵਾਇਰਸ ਨੂੰ, ਕਿਉਂਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਵਾਇਰਸ ਹੋਈਆਂ ਨੇ ਉਹਨੇ ਜ਼ਰੂਰ ਸ਼ੌਕ ਦਿੱਤਾ, ਕਿਉਂਕਿ ਇੱਦਾਂ ਲੱਗਿਆ ਕਿ ਜਿਨ੍ਹਾਂ ਨੇ ਵਾਇਰਸ ਲਿੱਤੀ ਉਹਨਾਂ ਨੇ ਨਾਲ ਹੀ ਆਪਣਾ ਪੋਲੀਟੀਕਲ ਕਰੀਅਰ ਵੀ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਤੁਹਾਡਾ ਕੀ ਕਾਰਨ ਰਿਹਾ ਵਾਇਰਸ ਲੈਣ ਦਾ ਜੀ? ਮੇਰਾ ਵਾਇਰਸ ਲੈਣ ਦਾ ਕਾਰਨ ਇਹੀ ਹੈ ਕਿ ਮੈਂ 30 ਸਾਲ ਤੋਂ ਜ਼ਿਆਦਾ ਸਰਵਿਸ ਪੂਰੀ ਕਰ ਲਈ ਸੀ ਜੀ, ਔਰ 50 ਈਅਰਸ ਏਜ ਕ੍ਰੋਸ ਕਰ ਗਿਆ ਸੀ ਜੀ, ਤੇ ਐਸ ਪਰ ਰੂਲਸ ਮੇਰਾ ਮੈਂਬਰ ਆਫ ਸਰਵਿਸ ਦਾ ਰਾਈਟ ਹੈ ਕਿ ਉਹ ਵਾਇਰਸ ਪ੍ਰੋਸੀਡ ਕਰ ਸਕਦਾ। ਮੈਂ ਆਪਣੇ ਰਾਈਟ ਨੂੰ ਫਰੈਂਚਾਈਜ਼ ਕੀਤਾ। ਤੁਸੀਂ ਰਾਈਟ ਨੂੰ ਫਰੈਂਚਾਈਜ਼ ਕੀਤਾ, ਔਰ ਸਰ ਜੇਕਰ ਅਸੀਂ ਤੁਹਾਡੇ ਟੈਨਿਓਰ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਚੈਲੰਜਸ ਤੁਹਾਡੇ ਸਾਹਮਣੇ ਇਸ ਟੈਨਿਓਰ ਦੇ ਵਿੱਚ ਆਏ ਹੋਣਗੇ, ਬਹੁਤ ਸਾਰੇ ਇਸ਼ੂਜ਼ ਲਾਅ ਐਂਡ ਆਰਡਰ ਨੂੰ ਲੈ ਕੇ ਤੁਸੀਂ ਉਸ ਨੂੰ ਡੀਲ ਵੀ ਕਰਦੇ ਹੋਏ ਨਜ਼ਰ ਆਏ, ਤਾਂ ਕਿਵੇਂ ਵੇਖਦੇ ਹੋ ਹੁਣ ਪਾਰੀ ਇਹ ਸਮਾਪਤ ਹੋ ਚੁੱਕੀ ਹੈ? ਪਰ ਕਹਿੰਦੇ ਹੁੰਦੇ ਨੇ ਕਿ ਬੰਦਾ ਘਰ ਬਹਿਣਾ ਵਿਹਲਾ ਬਹੁਤ ਔਖਾ ਹੁੰਦਾ, ਤਾਂ ਕੀ ਅਸੀਂ ਤੁਹਾਨੂੰ ਕਿਸੇ ਨਵੇਂ ਇਨਿੰਗਸ ਦੀ ਸ਼ੁਰੂਆਤ ਕਰਦੇ ਹੋਏ ਨਜ਼ਰ ਤੁਹਾਨੂੰ ਆਉਂਗੇ, ਜਾਂ ਕੋਈ ਹੋਰ ਤੁਸੀਂ ਆਪਣੇ ਵਾਸਤੇ ਫਿਊਚਰ ਰਿਟਾਇਰਮੈਂਟ ਪਲਾਨ ਸੋਚੇ ਨੇ? ਦੇਖੋ, ਮੈਂ ਪੁਲਿਸ ਦੀ ਸਰਵਿਸ ਕੀਤੀ 30 ਸਾਲ ਤੋਂ ਉੱਪਰ ਜੀ, ਔਰ ਬੜੀ ਸੈਟਿਸਫਾਈਂਗ ਟੈਨਿਓਰ ਰਹੀ। ਅੱਤਵਾਦ ਦੀ ਲੜਾਈ ਲੜੀ, ਡਿਸਟ੍ਰਿਕਟ ਐਸਐਸਪੀ ਰਹੇ, ਰੇਂਜਰਸ ਤੇ ਰਹੇ, ਹਰ ਇੱਕ ਡਿਪਾਰਟਮੈਂਟ ਕੀਤਾ। ਸਭ ਤੋਂ ਜ਼ਿਆਦਾ ਚੈਲੰਜਿੰਗ ਲਾਅ ਐਂਡ ਆਰਡਰ ਵੀ ਦੇਖਿਆ, ਐਂਡ ਆਈ ਐਮ 100% ਸੈਟਿਸਫਾਈਡ। ਮੈਂ ਆਪਣੇ ਦਾਇਰੇ 'ਚ ਰਹਿ ਕੇ ਜੋ ਸਟੇਟ ਵਾਸਤੇ, ਕੰਟਰੀ ਵਾਸਤੇ ਇੰਟਰਨਲ ਸਿਕਿਉਰਿਟੀ ਦੀ ਡਿਊਟੀ ਕਰ ਸਕਦਾ ਸੀ, ਮੈਂ ਆਪਣੀ ਕੀਤੀ। ਔਰ ਮੈਂ ਖੁਸ਼ ਹਾਂ ਕਿ ਮੈਂ ਪੰਜਾਬ ਪੁਲਿਸ ਦੇ ਨਾਲ ਰਿਹਾ, ਔਰ ਪੰਜਾਬ ਪੁਲਿਸ ਵਰਗੀ ਇੱਕ ਬਹੁਤ ਕਾਬਲ ਫੋਰਸ ਦੇ ਵਿੱਚ ਇੱਕ ਮੈਂਬਰ ਰਿਹਾ। ਮੈਂ ਸਾਰਿਆਂ ਦਾ ਧੰਨਵਾਦੀ ਹਾਂ, ਪੁਲਿਸ ਟੀਮ ਦਾ, ਪੁਲਿਸ ਮੈਂਬਰਸ ਦਾ। ਮੈਂ ਤੇ ਹੁਣ ਇਹ ਫੀਲ ਕਰਦਾ ਕਿ ਆਈ ਹੈਵ ਬੀਨ ਅਨਕੇਜਡ, ਕਿ ਮੈਂ ਆਪਣੇ ਆਪ ਨੂੰ ਕੇਜ ਤੋਂ ਬਾਹਰ ਨਿਕਲਿਆ। ਹੁਣ ਡੈਸਟੀਨੀ ਦੀ ਵਿੰਡ ਪੋਲੀਨੇਸ਼ਨ ਕਿੱਥੇ ਪੋਲੀਨੇਟ ਕਰ ਦੂਗੀ, ਆਈ ਵਿਲ ਲੀਵ ਇਟ ਟੂ ਡੈਸਟੀਨੀ। ਸਰ ਇਸ ਨੂੰ ਬਹੁਤ ਭਾਰੀ ਸ਼ਬਦ ਉਸ ਇਸਤੇਮਾਲ ਕੀਤਾ ਕਿ ਮੈਂ ਆਪਣੇ ਆਪ ਨੂੰ ਅਨਕੇਜ ਫੀਲ ਕਰ ਰਿਹਾ, ਤਾਂ ਕੈਦ ਕਿੱਥੇ ਹੋਏ ਹੋਏ ਸੀ ਔਰ ਕਿਵੇਂ ਹੁਣ ਤੁਸੀਂ ਆਜ਼ਾਦ ਹੋ ਕੇ ਕੀ ਕਰ ਰਹੇ ਹੋ? ਤੁਹਾਨੂੰ ਆਪਣੇ ਆਪ ਨੂੰ ਕਿਉਂ ਇੱਦਾਂ ਲੱਗਿਆ ਕਿ ਤੁਸੀਂ ਕੇਜ ਸੀਗੇ? ਦੇਖੋ, ਪੁਲਿਸ ਦੀ ਸਰਵਿਸ ਤੁਹਾਨੂੰ ਯੂਨੀਫਾਰਮ ਦੇ ਦਾਇਰੇ 'ਚ ਰਹਿ ਕੇ ਕਰਨੀ ਪੈਂਦੀ ਹੈ ਜੀ, ਔਰ ਮੈਂ ਯੂਨੀਫਾਰਮ ਦੇ ਦਾਇਰੇ 'ਚ ਰਹਿ ਕੇ ਤੁਸੀਂ ਆਪਣੇ ਸਾਰੇ ਆਪਣੇ ਹਾਵ ਭਾਵ ਛੱਡ ਕੇ, ਆਪਣੇ ਤੌਰ ਤਰੀਕੇ ਛੱਡ ਕੇ ਤੁਹਾਨੂੰ ਇੱਕ ਡਿਸਪਲਿਨ ਫੋਰਸ ਦੇ ਮੈਂਬਰ ਦੇ ਤੌਰ ਤੇ ਕੰਮ ਕਰਨਾ ਪੈਂਦਾ ਜੀ। ਔਰ ਬਹੁਤ ਸਾਰੀਆਂ ਗੱਲਾਂ ਸਾਡੀਆਂ ਇਹੋ ਜਿਹੀਆਂ ਹੁੰਦੀਆਂ ਨੇ, ਇਨਕਲੂਡਿੰਗ ਰਾਈਟ ਟੂ ਸਪੀਚ ਸਾਡੇ ਕੋਲ ਨਹੀਂ ਹੁੰਦਾ ਜੀ। ਹੁਣ ਮੈਂ ਆਪਣਾ ਤਜਰਬਾ ਜਿਹੜਾ ਹਾਸਲ ਕੀਤਾ 34 ਸਾਲ ਦਾ ਪੁਲਿਸਿੰਗ ਦਾ, ਲਾਅ ਐਂਡ ਆਰਡਰ ਦਾ, ਐਡਮਿਨਿਸਟ੍ਰੇਟਿਵ ਦਾ, ਹੁਣ ਮੈਂ ਉਹਨੂੰ ਆਪਣੇ ਵਾਸਤੇ, ਔਰ ਜੇ ਕਿਸੇ ਹੋਰ ਵਾਸਤੇ ਉਹਦੇ ਲਈ ਕੰਟਰੀਬਿਊਟ ਕਰ ਸਕਦਾ ਤੇ ਮੈਂ ਕਰੂੰਗਾ। ਔਰ ਸਰ ਜਿਸ ਤਰੀਕੇ ਦੇ ਨਾਲ ਅਸੀਂ ਦੇਖਿਆ ਕਿ ਵਾਇਰਸ ਜਿਹੜੇ ਵੀ ਕਈ ਇੱਥੇ ਹੁਣ ਪਾਸ ਐਕਸਪੀਰੀਅੰਸਿਸ ਦੀ ਗੱਲ ਕਰੀਏ, ਪਾਸ ਕੁਝ ਦਿਨਾਂ ਦੀ ਜਿਹੜੀ ਵਾਇਰਸ ਹੋਈਆਂ ਨੇ ਉਹਨਾਂ ਨੇ ਪੋਲੀਟੀਕਲ ਆਪਣਾ ਕਰੀਅਰ ਸ਼ੁਰੂ ਕੀਤਾ, ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਕਿ ਤੁਸੀਂ ਨੇਸ਼ਨ ਵਾਸਤੇ ਕੰਮ ਕੀਤਾ, ਪੰਜਾਬ ਵਾਸਤੇ ਕੰਮ ਕੀਤਾ, ਅੱਗੇ ਵੀ ਕਰਨਾ ਚਾਹੋਗੇ ਪੰਜਾਬ ਵਾਸਤੇ ਕੰਮ ਤੁਸੀਂ? ਦੇਖੋ, ਮੈਂ ਪੰਜਾਬ ਦਾ ਜੰਮ ਪਲਿਆ ਤੇ ਪੰਜਾਬ ਵਾਸਤੇ ਕੰਮ ਜ਼ਰੂਰੀ ਨਹੀਂ ਕਿ ਇੱਕੋ ਤਰੀਕੇ ਨਾਲ ਹੋ ਸਕਦਾ। ਮੈਂ ਆਪਣਾ ਕੰਮ ਕਰਾਂ ਜਾਂ ਪਬਲਿਕ ਸਰਵਿਸ ਕਰਾਂ, ਤਾਂ ਖੇਤੀ ਕਰਾਂ ਜਾਂ ਕੁਛ ਕੰਟਰੀਬਿਊਟ ਕਰ ਸਕਾਂ ਆਪਣੇ ਤਜਰਬੇ ਨੂੰ। ਦੇਖੋ, ਮੈਂ ਜੇ 30 ਸਾਲ ਤੋਂ ਉੱਪਰ ਪੁਲਿਸ ਜੌਬ ਕੀਤੀ ਹੈ, ਜਿਹੜਾ ਉਹਦੇ ਤੋਂ ਤਜਰਬਾ ਹਾਸਿਲ ਕੀਤਾ, ਅਸੀਂ 5 ਸਾਲ ਬਾਅਦ PhD ਦੇ ਦਿੰਦੇ ਹਾਂ ਇੱਕ ਟ੍ਰੇਨਰ ਨੂੰ ਜੀ। ਠੀਕ ਹੈ, ਮੈਂ ਇੰਨੇ ਸਾਲ ਦਾ ਜਿਹੜਾ
ਨੌਲੇਜ ਹਾਸਿਲ ਕੀਤੀ ਆ ਸੀਨੀਅਰ ਅਫਸਰ ਤੋਂ, ਸੀਨੀਅਰ ਅਫਸਰ ਦੀ ਗਾਈਡੈਂਸ, ਜੂਨੀਅਰ ਸਟਾਫ ਤੋਂ ਜ਼ੋਰ ਹਾਸਿਲ ਕੀਤਾ ਆਪਣੇ ਪੁਲਿਸ ਅਫਸਰ ਦੇ ਤੌਰ ਤੇ। ਤੁਸੀਂ ਹਰ ਇੱਕ ਜਗ੍ਹਾ ਤੇ ਐਂਟਰ ਕਰਕੇ ਹਰ ਇੱਕ ਸਿੱਖਦੇ ਹੋ, ਤੁਸੀਂ ਅੱਛੇ ਤੋਂ ਅੱਛੇ ਇਨਸਾਨ ਨੂੰ ਮਿਲਦੇ ਹੋ ਔਰ ਕ੍ਰਿਮੀਨਲ ਮਾੜੇ ਤੋਂ ਮਾੜੇ ਇਨਸਾਨ ਨੂੰ ਮਿਲਦੇ। ਜੋ ਕੁਛ ਇੱਕ ਪੁਲਿਸ ਅਫਸਰ ਸਿੱਖਦਾ ਹੋਰ ਕੋਈ ਨਹੀਂ ਸਿੱਖ ਸਕਦਾ। ਜੋ ਕੁਛ ਮੈਂ ਸਿੱਖਿਆ, ਜੇ ਮੈਂ ਕਿਸੇ ਕੰਮ ਵਾਸਤੇ ਕੰਟਰੀਬਿਊਟ ਕਰ ਸਕੂੰਗਾ ਤੇ ਜ਼ਰੂਰ ਕਰੂੰਗਾ। ਮੈਂ VRS ਲਈ ਹੈ, ਲੇਕਿਨ ਇਹ ਥੋੜਾ ਕਿ ਮੈਂ ਐਕਟਿਵ ਲਾਈਫ ਚੋਂ ਆਪਣਾ ਬਿਜ਼ਨਸ ਐਗਰੀਕਲਚਰ ਜਾਂ ਕਿਸੇ ਕਿਸਮ ਦਾ ਵੀ ਕਰੀਅਰ ਜਿਹੜਾ ਜਿਵੇਂ ਵਿੰਡ ਪੋਲੀਨੇਸ਼ਨ ਡੈਸਟੀਨੀ ਦੀ ਤੁਹਾਨੂੰ ਲੈ ਜਾਏਗੀ, ਮੈਂ ਜਾਊਂਗਾ। ਕਿਉਂਕਿ ਇਸ ਵੇਲੇ ਵਿੰਡ ਪੋਲੀਨੇਸ਼ਨ ਜਿਹੜੀ ਡੈਸਟੀਨੀ ਹੈ ਉਹ ਤਾਂ ਬਹੁਤ ਸਾਰੇ ਅਫਸਰਸ ਨੂੰ ਸਿਆਸਤ ਵਾਲੇ ਪਾਸੇ ਲੈ ਕੇ ਜਾ ਰਹੀ ਹੈ। ਜੇ ਸਿਆਸਤ ਵਾਲੇ ਪਾਸੇ ਨੂੰ ਤੁਹਾਨੂੰ ਲੈ ਕੇ ਜਾਂਦੀ ਹੈ ਡੈਸਟੀਨੀ, ਤਾਂ ਤੁਸੀਂ ਤਿਆਰ ਹੋ ਉਹ ਪਾਰੀ ਖੇਡਣ ਦੇ ਲਈ? ਬੜਾ ਮੁਸ਼ਕਿਲ ਜਿਹਾ ਸਵਾਲ ਹੈ, ਕਿਉਂਕਿ ਮੇਰੀ ਫੈਮਿਲੀ ਇਸ ਕੰਮ ਲਈ ਅਲਾਊ ਕਰਦੀ ਹੈ ਕਿ ਨਹੀਂ, ਉਹ ਸਭ ਤੋਂ ਵੱਡਾ ਡਿਪੈਂਡ ਕਰੇਗਾ। ਸੋ ਮੈਂ ਇਸ ਬਾਰੇ ਨਾ ਸੋਚਿਆ ਨਾ ਇਹ ਕਹਿ ਸਕਦਾ, ਕਿਉਂਕਿ ਉਹ ਇਹੋ ਜਿਹੇ ਜਿਹੜੇ ਫੈਸਲੇ ਨੇ ਮੈਂ ਤੇ ਅਜੇ ਤੱਕ ਲਿਆ ਨਹੀਂ ਹੈ ਨਾ ਲੈ ਸਕਦਾ। ਜਿੰਨੀ ਦੇਰ ਤੱਕ ਫੈਮਿਲੀ ਮੈਨੂੰ ਕਹੇ ਕਿ ਇਹੋ ਜਿਹੇ ਡਿਫਿਕਲਟ ਰੋਲ ਵਾਸਤੇ ਜਾਣ ਦੀ ਕੋਈ ਹੋਏ, ਮੈਂ ਦੁਬਾਰਾ ਕਹਿ ਰਿਹਾ ਕਿ ਇਟ ਇਜ਼ ਓਨਲੀ ਅ, ਕਿਉਂਕਿ ਤੁਸੀਂ ਤਾਂ ਬਹੁਤ ਸਾਰੇ ਇਹੋ ਜਿਹੇ ਡਿਫਿਕਲਟ ਰੋਲਸ ਨੂੰ ਬਤੌਰ ਪੁਲਿਸ ਆਫਿਸਰ, ਬਤੌਰ ADGP ਲਾਅ ਐਂਡ ਆਰਡਰ, ਤੁਹਾਡੇ ਸਾਹਮਣੇ ਬਹੁਤ ਸਾਰੇ ਇਹੋ ਜਿਹੇ ਚੈਲੇਂਜਸ ਆਏ, ਤੁਸੀਂ ਉਹਨੂੰ ਬਹੁਤ ਤਰੀਕੇ ਦੇ ਨਾਲ ਹੱਲ ਵੀ ਕੀਤਾ, ਬਹੁਤ ਕੰਪੀਟੈਂਟ ਤੁਸੀਂ ਪੁਲਿਸ ਅਫਸਰ ਹੋ, ਤਾਂ ਮੈਨੂੰ ਲੱਗਦਾ ਕਿ ਸਿਆਸਤ ਵਾਲਾ ਵੀ ਤੁਹਾਡੇ ਵਾਸਤੇ ਕੋਈ ਵੱਡਾ ਚੈਲੇਂਜ ਨਹੀਂ ਹੋਣਾ ਚਾਹੀਦਾ। ਨਹੀਂ ਦੇਖੋ, ਬਿਲਕੁਲ ਠੀਕ ਹੈ, ਮੈਂ ਅੱਤਵਾਦੀ ਲੜਾਈ ਲੜੀ, ਮੈਂ ਡਿਸਟ੍ਰਿਕਟ 5-6 ਜ਼ਿਲ੍ਹਿਆਂ 'ਚ SSP ਰਿਹਾ, ਰੇਂਜਰਸ 'ਚ ਰਿਹਾ, ਇੰਟੈਲੀਜੈਂਸ, ਲਾਅ ਐਂਡ ਆਰਡਰ, ਕੋਈ ਪੁਲਿਸ STF ਐਂਟੀ ਡਰੱਗ, ਕੋਈ ਇਹੋ ਜਿਹੀ ਡਿਊਟੀ ਨਹੀਂ ਜਿਹੜੀ ਮੈਂ ਨਹੀਂ ਕੀਤੀ ਤੇ ਮੈਂ ਸਿੱਖਿਆ ਨਹੀਂ। ਔਰ ਮੈਂ ਆਪਣੇ ਕਾਂਸਟੇਬਲ ਤੋਂ ਲੈ ਕੇ, ਹੈੱਡ ਕਾਂਸਟੇਬਲ ਤੋਂ ਲੈ ਕੇ, ਸੀਨੀਅਰ ਅਫਸਰਾਂ ਤੋਂ ਲੈ ਕੇ ਸਾਰਿਆਂ ਤੋਂ ਸਿੱਖਿਆ। ਉਹ ਪਰਮਾਤਮਾ ਵਾਹਿਗੁਰੂ ਇਸ ਮੇਰੀ ਸਿੱਖ ਨੂੰ ਕਿੱਧਰ ਵਰਤਦਾ ਹੈ, ਮੇਰੇ ਹੱਥ ਵੱਸ ਨਹੀਂ ਹੈ ਇਹ ਤੇ। ਅਖੀਰ ਦੇ ਵਿੱਚ ਜੇ ਪੁੱਛਣਾ ਹੋਵੇ ਤੁਸੀਂ ਪੋਲਿਟਿਕਸ ਨੂੰ ਕਿਵੇਂ ਡਿਫਾਈਨ ਕਰਦੇ ਹੋ, ਪੋਲਿਟਿਕਸ ਤੁਹਾਡੇ ਵਾਸਤੇ ਕੀ ਹੈ, ਤਾਂ ਕੀ ਤੁਹਾਡਾ ਆਨਸਰ ਹੋਏਗਾ? ਦੇਖੋ, ਮੈਂ 300 ਤੋਂ ਜ਼ਿਆਦਾ ਇਤਿਹਾਸ ਦੀਆਂ ਕਿਤਾਬਾਂ ਪੜ੍ਹੀਆਂ ਨੇ, ਜਿਹਦੇ 'ਚ ਇੰਟਰਨੈਸ਼ਨਲ ਰਿਲੇਸ਼ਨਸ ਵਗੈਰਾ ਵਗੈਰਾ ਇੰਕਲੂਡਿੰਗ ਪੋਲਿਟਿਕਸ ਜੀ। ਜੇ ਕਿਸੇ ਲੈਵਲ 'ਤੇ ਮੈਂ ਕਿਸੇ ਨੂੰ ਅਸਿਸਟ ਕਰ ਪਾਵਾਂ ਕਿਸੇ ਵੀ ਕੰਮ ਵਾਸਤੇ, ਮੈਂ ਆਪਣੀ ਜਿਹੜੀ ਜੋ ਮੈਂ ਹਾਸਲ ਕੀਤਾ ਉਹਨੂੰ ਮੈਂ ਕਿਸੇ ਲਈ ਤੇ ਨਹੀਂ ਛੱਡੂਗਾ ਨਾ, ਉਹਨੂੰ ਮੈਂ ਵੇਸਟ ਨਹੀਂ ਕਰੂੰਗਾ। ਲੇਕਿਨ ਮੈਂ ਇਹੋ ਜਿਹਾ ਕੁਛ ਨਹੀਂ ਕਹਿ ਰਿਹਾ ਕਿ ਮੈਂ ਕੋਈ ਕਾਲ ਲੈ ਲਈ ਆ ਕਿ ਮੈਂ ਪੋਲਿਟਿਕਸ 'ਚ ਕੋਈ ਜਾ ਰਿਹਾ, ਉਹ ਫੈਮਿਲੀ ਤੇ ਡਿਪੈਂਡ ਕਰਦਾ। ਤਾਂ ਕਿੰਨੇ ਦਿਨਾਂ ਤੱਕ ਅਸੀਂ ਆਸ ਕਰ ਸਕਦੇ ਹਾਂ ਕਿ ਇਸ ਦੇ ਉੱਤੇ ਵੀ ਕੁਝ ਡਿਸਕਸ਼ਨ ਹੋ ਜਾਏ ਔਰ ਸਾਨੂੰ ਤੁਸੀਂ ਇੱਕ ਨਵੇਂ ਇਨਿੰਗਸ ਖੇਡਦੇ ਹੋਏ ਨਜ਼ਰ ਆਓ? ਮੈਂ ਪਹਿਲਾਂ ਤੇ ਸ਼ਾਮ ਨੂੰ ਜਾ ਕੇ ਗੁਰਦੁਆਰਾ ਸਾਹਿਬ ਪਟਿਆਲੇ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਦੁੱਖ ਨਿਵਾਰਨ ਸਾਹਿਬ ਮੱਥਾ ਟੇਕਣ ਜਾਊਂਗਾ ਜੀ। ਉੱਥੇ ਜੋ ਹੁਕਮਨਾਮਾ ਲਊਂਗਾ, ਫਿਰ ਵਿਚਾਰ ਕਰੂੰਗਾ, ਜੋ ਪਰਮਾਤਮਾ ਕਹੇਗਾ ਕਿ ਖੇਤੀ ਕਰਨੀ ਖੇਤੀ ਕਰ ਲਾਂਗੇ, ਬਿਜ਼ਨਸ ਕਰਨਾ ਬਿਜ਼ਨਸ ਕਰ ਲਾਂਗੇ, ਲੋਕ ਸਰਵਿਸ ਪਬਲਿਕ ਸੇਵਾ ਕਰਨੀ ਹੈ ਜਿਹੜੇ ਵੀ ਤਰੀਕੇ ਨਾਲ, ਉਹ ਜ਼ਰੂਰੀ ਨਹੀਂ ਹੈ ਕਿ ਮੈਂ ਪੋਲਿਟਿਕਸ ਨਾਲ ਹੀ ਕਰਨੀ ਹੈ, ਕੋਈ ਹੋਰ ਵੀ ਤਰੀਕਾ ਹੋ ਸਕਦਾ। ਪਰ ਕਿਉਂਕਿ ਖਾਕੀ ਤੋਂ ਕੁੜਤੇ ਪਜਾਮੇ ਚ ਆਉਣਾ ਸਰ ਬਹੁਤ ਔਖਾ ਹੁੰਦਾ, ਕਹਿੰਦੇ ਖਾਕੀ ਤੋਂ ਕੁੜਤੇ ਪਜਾਮੇ ਚ ਆਉਣਾ ਬਹੁਤ ਔਖਾ ਹੁੰਦਾ, ਖਾਕੀ ਜਿੱਥੇ ਤੁਹਾਡੇ ਹੱਥ ਜੇਬਾਂ 'ਚ ਹੁੰਦੇ ਨੇ ਉੱਥੇ ਕੁੜਤਾ ਪਜਾਮਾ ਪਾ ਕੇ ਫਿਰ ਹੱਥ ਜੋੜਨੇ ਪੈਂਦੇ ਨੇ, ਹੱਥ ਲੋਕਾਂ ਦੇ ਨਾਲ ਮਿਲਾਉਣੇ ਹੀ ਪੈਂਦੇ ਨੇ। ਦੇਖੋ, ਮੈਂ ਤੁਹਾਨੂੰ ਇੱਕ ਵਾਰੀ ਰਿਕੁਐਸਟ ਕਰੂੰਗਾ, ਜਿੱਥੇ ਜਿੱਥੇ ਮੈਂ SSP ਰਿਹਾ ਆ ਜੀ ਜਾਂ ਰੇਂਜਰ 'ਚ ਪਬਲਿਕ ਨਾਲ ਡੀਲ ਕੀਤੀ ਆ, ਮੈਂ ਕਦੇ ਵੀ ਆਪਣੀ ਪੁਲਿਸਿੰਗ ਪਬਲਿਕ ਤੇ ਇੰਪੋਜ਼ ਨਹੀਂ ਕੀਤੀ ਜੀ। ਮੈਂ ਹਰ ਇੱਕ ਜਗ੍ਹਾ ਪਿਆਰ ਨਾਲ, ਸਤਿਕਾਰ ਨਾਲ, ਲੋਕਾਂ ਦੀ ਮੈਰਿਟ ਤੇ ਸੁਣ ਕੇ
ਗੱਲ ਕੀਤੀ ਹੈ। ਜੇ 100 ਫੈਸਲਾ ਲਿਆ ਹੋਊਗਾ ਉਹ ਚੋਂ 70 ਸਹੀ ਹੋਣਗੇ, 30 ਹੋ ਸਕਦਾ ਗਲਤ ਹੋਣ, ਲੇਕਿਨ ਮੈਂ ਇਨਸ਼ੋਰ ਕੀਤਾ ਹੈ ਕਿ ਮੈਂ ਨਿਆਏ ਜਸਟਿਸ ਦੇ ਸਕਾਂ। ਜਿੰਨੀ ਵੀ ਸਰਵਿਸ ਕੀਤੀ ਹੈ ਮੈਂ ਚੈਲੰਜ ਵੀ ਕਰ ਲਊਂਗਾ, ਜਿੱਥੋਂ ਮਰਜ਼ੀ ਵੈਰੀਫਾਈ ਕਰੋ। ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਜਨਰਲ ਪਬਲਿਕ, ਗਰੀਬ ਲੋਕਾਂ ਨੂੰ ਨਿਆਏ ਦੇ ਸਕਾਂ ਐਜ਼ ਪੁਲਿਸ ਅਫਸਰ। ਮੈਂ ਹਰ ਇੱਕ ਜਗ੍ਹਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਾਈਟ ਸਰ, ਜੇ ਕਿਤੇ ਫੇਲ ਹੋਇਆ ਹੋਊਗਾ ਉਹ ਪਰਮਾਤਮਾ ਦੀ ਮਰਜ਼ੀ। ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਦੇ ਲਈ, ਔਰ ਤੁਹਾਨੂੰ ਸ਼ੁਭ ਇਛਾਵਾਂ ਤੁਹਾਡੀਆਂ ਨਵੀਂ ਪਾਰੀ ਦੇ ਵਾਸਤੇ। ਤੁਸੀਂ ਹਾਲਾਂਕਿ ਹੁਣ ਰਿਟਾਇਰ ਹੋ ਚੁੱਕੇ ਹੋ, ਔਰ ਜਿੰਨੀ ਵੀ ਤੁਸੀਂ ਸੇਵਾ ਬਤੌਰ ADGP ਲਾਅ ਐਂਡ ਆਰਡਰ, ਉਸ ਤੋਂ ਪਹਿਲਾਂ ਜਿੰਨੀਆਂ ਵੀ ਤੁਹਾਡੀ ਪੋਸਟਿੰਗ ਰਹੀਆਂ, ਤੁਸੀਂ ਪੰਜਾਬ ਵਾਸਤੇ ਸੇਵਾਵਾਂ ਦਿੱਤੀਆਂ, ਉਹਦੇ ਲਈ ਤੁਹਾਨੂੰ ਮੁਬਾਰਕਾਂ, ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ ਸਰ। ਥੈਂਕ ਯੂ ਸੋ ਮਚ ਜੀ, ਸ਼ੁਕਰੀਆ।